ਜਦੋਂ ਇਨਸਾਨ ਦੀ ਜ਼ਿੰਦਗੀ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸਦੇ ਮਨ ਦਾ ਉਤਸ਼ਾਹ ਵੱਧ ਜਾਂਦਾ ਹੈ। ਉਹ ਸੋਚਦਾ ਹੈ ਕਿ ਜੋ ਕੰਮ ਪਿਛਲੇ ਸਾਲ ਨਹੀਂ ਹੋਏ ਇਸ ਸਾਲ ਜ਼ਰੂਰ ਕਰਨੇ। ਯੂ ਆਰ ਵਾਚਿੰਗ ਮਾਈ ਮੋਟੀਵੇਸ਼ਨ ਟਾਕਸ, ਆਈ ਐਮ ਸੰਜੀਵ ਸ਼ਰਮਾ ਅਤੇ ਸਾਡਾ ਅੱਜ ਦਾ ਵਿਸ਼ਾ ਹੈ ਨਵੇਂ ਸਾਲ ਦਾ ਰੈਜ਼ੋਲਿਊਸ਼ਨ, ਰੈਜ਼ੋਲਿਊਸ਼ਨ ਆਫ ਨਿਊ ਈਅਰ। ਨਵਾਂ ਸਾਲ ਸ਼ੁਰੂ ਹੁੰਦੇ ਹੀ ਲੋਕ ਤਰ੍ਹਾਂ ਤਰ੍ਹਾਂ ਦੇ ਰੈਜ਼ੋਲਿਊਸ਼ਨ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਲੇਕਿਨ ਸਭ ਤੋਂ ਵੱਡਾ ਰੈਜ਼ੋਲਿਊਸ਼ਨ ਹੁੰਦਾ ਹੈ ਕਿ ਇਸ ਸਾਲ ਮੈਂ ਆਪਣਾ ਭਾਰ ਜ਼ਰੂਰ ਘਟਾ ਲੈਣਾ। ਅਤੇ ਲੋਕ ਜਿਮ ਜੁਆਇਨ ਕਰਦੇ ਨੇ, ਡਾਇਟ ਚਾਰਟ ਬਣਾਉਂਦੇ ਨੇ ਅਤੇ ਕਈ ਲੋਕਾਂ ਦੀ ਸਲਾਹ ਵੀ ਲੈਂਦੇ ਨੇ। ਲੋਕ ਦੂਜਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਸਾਲ ਮੇਰੀ ਜ਼ਿੰਦਗੀ ਦਾ ਬਹੁਤ ਹੀ ਬਿਹਤਰੀਨ ਸਾਲ ਹੋਊਗਾ ਅਤੇ ਇਸ ਸਾਲ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਖਾਸ ਕਰਾਂਗਾ। ਮੈਂ ਆਪਣੀ ਜ਼ਿੰਦਗੀ ਤੋਂ ਕੁਛ ਪ੍ਰਾਪਤ ਕਰਨਾ ਹੈ ਅਤੇ ਲੋਕਾਂ ਨੂੰ ਵਿਖਾਉਣਾ ਹੈ ਕਿ ਮੈਂ ਕੀ ਚੀਜ਼ ਹਾਂ। ਪਰ ਜਦੋਂ ਸਾਲ ਦੇ ਕੁਝ ਦਿਨ ਨਿਕਲਦੇ ਨੇ ਤਾਂ ਉਸ ਤੋਂ ਬਾਅਦ ਉਹ ਸਾਰੀ ਪਲੈਨਿੰਗ ਚੌਪਟ ਹੋਣੀ ਸ਼ੁਰੂ ਹੋ ਜਾਂਦੀ ਹੈ। ਅਰਥਾਤ ਅਸੀਂ ਆਪਣੀ ਕੀਤੀ ਹੋਈ ਪਲੈਨਿੰਗ 'ਤੇ ਪੂਰਾ ਨਹੀਂ ਉਤਰ ਪਾਉਂਦੇ। ਜਿਹੜਾ ਕੰਮ ਅਸੀਂ ਬੜੇ ਉਤਸ਼ਾਹ ਨਾਲ ਸ਼ੁਰੂ ਕੀਤਾ ਸੀ ਉਹ ਕੰਮ ਬੜੀ ਜਲਦੀ ਹੀ ਠੰਡਾ ਪੈ ਗਿਆ। ਜੇਕਰ ਕਿਸੇ ਕੰਮ ਨੂੰ ਧੀਰਜਤਾ ਨਾਲ ਜਾਂ ਹੌਲੀ ਸ਼ੁਰੂ ਕੀਤਾ ਜਾਵੇ ਤਾਂ ਉਹ ਕੰਮ ਦੇ ਨਤੀਜੇ ਬਹੁਤ ਵਧੀਆ ਨਿਕਲਦੇ ਹਨ। ਜੋਸ਼ ਵਿੱਚ ਕੀਤੇ ਕੰਮ ਜਾਂ ਜੋਸ਼ ਵਿੱਚ ਲਏ ਫੈਸਲੇ ਕਦੇ ਵੀ ਪੂਰੇ ਨਹੀਂ ਹੁੰਦੇ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਇਸ ਸਾਲ ਬਹੁਤ ਹੀ ਬਿਹਤਰੀਨ ਹੋਵੇ, ਬਹੁਤ ਹੀ ਵਧੀਆ ਹੋਵੇ, ਤਾਂ ਤੁਸੀਂ ਕਰਨਾ ਕੀ ਹੈ? ਤੁਸੀਂ ਦੇਖਣਾ ਹੈ ਕਿ ਤੁਸੀਂ ਆਪਣੀ ਕਈਆਂ ਗੱਲਾਂ 'ਤੇ ਚੱਲ ਰਹੇ ਹੋ। ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਜੱਜ ਕਰਨਾ ਹੈ ਕਿ ਤੁਸੀਂ ਆਪਣੇ ਕਹੇ ਹੋਏ ਸਵਾਲਾਂ 'ਤੇ ਚੱਲ ਰਹੇ ਹੋ। ਲੋਕ ਅਕਸਰ ਮੇਰੀਆਂ ਵੀਡੀਓਜ਼ ਦੇਖਦੇ ਨੇ, ਮੈਨੂੰ ਫੋਨ ਕਾਲਸ ਕਰਦੇ ਨੇ ਅਤੇ ਕਹਿੰਦੇ ਨੇ ਕਿ ਤੁਹਾਡੇ ਪ੍ਰੋਗਰਾਮ ਬੜੇ ਵਧੀਆ ਹੁੰਦੇ ਨੇ। ਪਰ ਜੇਕਰ ਤੁਸੀਂ ਸਿਰਫ ਪ੍ਰੋਗਰਾਮ ਦੇਖ ਕੇ ਛੱਡ ਦੇਣਾ ਤਾਂ ਉਸਦਾ ਕੋਈ ਫਾਇਦਾ ਨਹੀਂ। ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ 'ਤੇ ਲਾਗੂ ਨਹੀਂ ਕਰਨਾ ਤਾਂ ਉਸ ਚੀਜ਼ ਦਾ ਵੀ ਕੋਈ ਫਾਇਦਾ ਨਹੀਂ। ਤੁਸੀਂ ਜੇਕਰ ਇਹਨਾਂ ਚੀਜ਼ਾਂ ਨੂੰ ਆਪਣੇ 'ਤੇ ਲਾਗੂ ਕਰੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਸਵਾਰ ਸਕਦੇ ਹੋ। ਸਿਰਫ ਕਿਸੇ ਦੀ ਗੱਲ ਨੂੰ ਸੁਣਨ ਨਾਲ ਕੋਈ ਫਾਇਦਾ ਨਹੀਂ ਹੁੰਦਾ ਜਦ ਤੱਕ ਕੋਈ ਕੰਮ ਹੱਥੀਂ ਨਾ ਕੀਤਾ ਜਾਵੇ ਜਾਂ ਉਸ ਗੱਲ ਨੂੰ ਆਪਣੇ 'ਤੇ ਅਜਮਾ ਕੇ ਨਾ ਦੇਖਿਆ ਜਾਵੇ। ਅਸੀਂ ਕਹਿੰਦੇ ਹਾਂ ਕਿ ਇਹ ਸਾਲ ਤੁਹਾਡੇ ਲਈ ਸਭ ਤੋਂ ਵੱਧ ਬਿਹਤਰੀ ਵਾਲਾ ਸਾਲ ਹੋਵੇ, ਤੁਹਾਡੇ ਲਈ ਇਹ ਸਾਲ ਖੁਸ਼ੀਆਂ ਖੇੜੇ ਵਾਲਾ ਹੋਵੇ ਅਤੇ ਤੁਹਾਡੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਨਿਕਲੇ। ਤੁਸੀਂ ਜੋ ਸੁਪਨੇ ਦੇਖੇ ਸੀ ਇਸ ਸਾਲ ਲਈ ਉਹ ਸੁਪਨੇ ਪੂਰੇ ਹੋਣ ਅਤੇ ਤੁਹਾਨੂੰ ਇਹ ਪਤਾ ਲੱਗੇ ਕਿ ਇਹ ਤੁਹਾਡੀ ਬਿਹਤਰੀ ਦਾ ਸਾਲ ਹੈ। ਇਹ ਸਾਲ ਤੁਹਾਡੀਆਂ ਉਹਨਾਂ ਉਮੀਦਾਂ ਦਾ ਸਾਲ ਹੈ ਜੋ ਕਦੇ ਪੂਰੀਆਂ ਨਹੀਂ ਹੋਈਆਂ, ਪਰ ਇਸ ਸਾਲ ਜ਼ਰੂਰ ਪੂਰੀਆਂ ਹੋਣਗੀਆਂ। ਪਰ ਉਸਦੇ ਪਿੱਛੇ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਪਵੇਗੀ। ਸਿਰਫ ਉਮੀਦ ਲਗਾਉਣ ਨਾਲ ਕੰਮ ਪੂਰੇ ਨਹੀਂ ਹੋਣ, ਪੂਰੇ ਜੋਸ਼ ਅਤੇ ਜਨੂੰਨ ਨਾਲ ਹਰ ਕੰਮ ਨੂੰ ਕਰੋ, ਤੁਸੀਂ ਸਫਲਤਾ ਦੀ ਪੌੜੀ ਜਲਦੀ ਹੀ ਚੜ੍ਹ ਜਾਓਗੇ। ਨਵੇਂ ਸਾਲ ਦਾ ਇੱਕ ਰੈਜ਼ੋਲਿਊਸ਼ਨ ਬਣਾ ਲਵੋ ਕਿ ਤੁਸੀਂ ਆਪਣੀ ਫੈਮਿਲੀ ਲਈ ਵੱਧ ਤੋਂ ਵੱਧ ਸਮਾਂ ਕੱਢਣਾ ਹੈ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕੋ। ਤੁਸੀਂ ਆਪਣੇ ਦੋਸਤਾਂ ਲਈ ਵੀ ਸਮਾਂ ਕੱਢੋ, ਪਰ ਦੇਖੋ ਕਿ ਕਿਹੜੇ ਦੋਸਤ ਤੁਹਾਡੇ ਸਹੀ ਦੋਸਤ ਨੇ। ਉਹਨਾਂ ਦੋਸਤਾਂ ਨੂੰ ਅਲਵਿਦਾ ਕਹੋ ਜੋ ਸਿਰਫ ਤੁਹਾਡਾ ਫਾਇਦਾ ਲੈਣ ਲਈ ਤੁਹਾਡੇ ਦੋਸਤ ਬਣੇ ਨੇ। ਅਤੇ ਇਹੀ ਗੱਲ ਤੁਹਾਡੇ ਰਿਸ਼ਤੇਦਾਰਾਂ 'ਤੇ ਵੀ ਲਾਗੂ ਹੁੰਦੀ ਹੈ। ਜਿਹੜੇ ਰਿਸ਼ਤੇਦਾਰ ਤੁਹਾਡੀ ਥਾਂ ਥਾਂ 'ਤੇ ਨਿਖੇਧੀ ਕਰਦੇ ਨੇ ਅਤੇ ਤੁਹਾਡਾ ਫਾਇਦਾ ਚੱਕਦੇ ਨੇ, ਉਹਨਾਂ ਰਿਸ਼ਤੇਦਾਰਾਂ ਨੂੰ ਵੀ ਹਮੇਸ਼ਾ ਲਈ ਅਲਵਿਦਾ ਕਹੋ। ਤੁਹਾਨੂੰ ਪਤਾ ਕਿ ਤੁਹਾਡੀ ਜ਼ਿੰਦਗੀ ਦਾ ਇੱਕ ਸਾਲ ਹੋਰ ਘੱਟ ਗਿਆ। ਤੁਸੀਂ ਇਸੇ ਸਾਲ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨਾ, ਆਪਣੀਆਂ ਨਵੀਆਂ ਉਮੀਦਾਂ ਅਤੇ ਆਸਾਂ ਨਾਲ ਜੋ ਸਾਲ ਚਲਾ ਗਿਆ ਉਸਨੂੰ ਭੁੱਲ ਜਾਵੋ ਅਤੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕਰਨਾ। ਹਰ ਵਾਰ ਦੀ ਤਰ੍ਹਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸ ਨੂੰ ਪਿਆਰ ਨਾਲ ਜੀਓ। ਆਲਵੇਜ਼ ਬੀ ਹੈਪੀ।